हाँ जी भी जी सारे सत श्रीकाल जी, संदीप डेयरी फार्म का बहुत बहुत वेलकम है जी। अज भी जो विजिट हैगी पिंड शिकार माछिया जी, जिला गुरदासपुर पैंदा। बहुत सारी वीडियो बनाई जी अपना, तो बहुत ही रेट भीरों ने जायज़ हुंदा, ठीक है जी। बड़े चंगे चंगे वधिए पशु हुंदे दुध वाले, तो रेट की गल करिए रेट तो बहुत इन्ना कि जायज़ हुंदा जी। भी जी छड्डी खड़ा दो, ठीक है जी। हुण बाई जी ने गलबात करांगे जी की प्राइस ते की मिलक रिकॉर्ड आ। उस तो पहले रिक्वेस्ट करा तुहानूं कि जिहड़े वीर पहले वीडियो वेख रहे आ उन्होंने रिक्वेस्ट है कि अपने चैनल को सबसक्राइब कर जी, तो घंटी का बटन जरूर दबाने ताकि वीडियो आ सके। भी जी एक होर रिक्वेस्ट आ, इतने आके दो टाइम की चवाई करो जी, पास करो, पूरी तसली पशु खरीदो। मेरा हर बार भी जी एक सवाल हों, दो टाइम की चवाई तो आज पा पूरी तसली पशु खरीदो तो पूरी तरह पास करके ले जाओ, ठीक है जी। हूँ वीर गलबात करते जी हूँ। हाँ जी भाई, सत्या जी। होर भाई जी, किदा जी? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਚੱਲ ਰਿਹਾ ਕੰਮ ਜੀ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਹੋਰ ਸੁਣਾਓ ਬਾਕੀ ਵੀਰ ਭਰਾ ਸਾਰਿਆਂ ਨੂੰ, ਬਾਹਰ ਵਾਲਿਆਂ ਨੂੰ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ, ਜਿਹੜੇ ਬਹੁਤ ਜ਼ਿਆਦਾ ਬਾਹਰੋਂ ਫੋਨ ਕਰਦੇ ਛੇਤੀ ਤੋਂ ਛੇਤੀ ਵੀਡੀਓ ਬਣਾ, ਬਹੁਤ ਜ਼ਿਆਦਾ ਮਾਲ ਲੋਕਾਂ ਬਾਹਰ ਵਾਲਿਆਂ ਨੇ ਕਮਾ ਲਿਆ ਗੱਲ। ਹਾਂਜੀ ਹਾਂਜੀ ਹਾਂਜੀ, ਬਾਹਰ ਨੇ ਫਿਰ ਬੜਾ ਰੁਝਾਨ ਜੀ ਫਿਰ ਇਸ ਨਾਲ, ਬਹੁਤ ਜ਼ਿਆਦਾ ਲੋਕਾਂ ਨੇ ਯਾਰ ਕਿਹਾ ਹੋ ਜੀ ਮੇਰੇ ਕੋਲ ਗਾਹਕ ਸਰਪ੍ਰਾਈਜ਼ ਦਿੱਤਾ ਲੋਕਾਂ ਨੇ ਆਪਣੇ ਘਰਾਂ 'ਚ ਮਈਆਂ ਦਾ। ਅੱਛਾ ਜੀ, ਉੱਥੇ ਗਈਆਂ ਆਪਣੇ ਕਪੂਰਥਲੇ ਤੋਂ ਗਾੜੀ ਕੋਈ 20-25 ਕਿਲੋਮੀਟਰ ਗਾੜੀ, ਉਹਨਾਂ ਨੂੰ ਵੀ ਆਪਣੇ ਘਰ ਦੱਸਿਆ, ਉਹਨੇ ਆਪਣੇ ਮਾਂ ਪਿਓ ਨੂੰ ਦੱਸਿਆ ਉਹਨੇ। ਹਾਂਜੀ, ਉਹਦੇ ਮਾਂ ਪਿਓ ਦੁੱਧ ਲੈ ਕੇ ਚੱਲਾ ਇਹਨਾਂ ਦੇ ਘਰ ਬੰਬੀ ਦੇ ਮਈਆਂ ਪਹੁੰਚ ਗਈਆਂ। ਅੱਛਾ ਜੀ, ਕਿੰਨਾ ਕੀ ਮੈਂ ਤੁਹਾਡੀਆਂ साफ सुथरा काम है जी, ते रेट मेन दा गल रेट थोड़ा जायज बहुत है नहीं जी, रेट तुहानू पता जी बाबे दी कृपा नाल रेट दा जायज हुंदा। हां जी हां, ते किन्ने भाजी सेल भाजी अज फिर आपणे कोल नवीं मईयां आईयां पिछला साहब उड़ गए जी पिछले माल वेच। चलो करी शुरू जी फिर जी। चलो फिर एड्रेस बोलो जी अपना, पिंड शिकार माछिया। हाँ जी, जिला गुरदासपुर, ठीक है जी, तहसील डेरा बाबा नानक, फोन नंबर 98-555-0-1706। एक फिर बोलो जी, 98-555-0-1706 यही नंबर ते है जी। नाम? नाम सुखविंदर सिंह, छोटा नाम तो इंदे बारे दसो जी। ये दूजे सुने झोटी है। अच्छा जी, गबन है जी? गबन तैयार ही है। ठीक है जी, मुंह दी छेद आंदा, छेद आंदा जी। तो खोलो वीर जी फिर। चलो है नीली दे आ गई भी जी, अखा आ गई दोवें। हाँ देखो जी, चलो कोई गल नहीं, कोई रहने दो, रहने शेद आंदा पूरे पक्के जी, बिल्कुल बिल्कुल। हाँ देखो बाकी निशानी है पूरी, आ जाके मैं लेवा देखो जी, ठीक है जी। तो थोड़ा जी अखियाँ मतलब घट आई, बाकी जवाब पूरा हैगा। आ देखो जी, बहुत सोहनी मझ है जी, आ देखो ले। ਤੇ ਭਾਜੀ ਫਿਰ ਕਿੰਨਾ ਕਰੂ ਦੁੱਧ ਜੀ ਤੁਹਾਡੇ ਹਿਸਾਬ ਨਾਲ? ਦੁੱਧ ਭਾਜੀ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ, ਹੈ ਜੀ ਭਾਜੀ ਉਹ ਦਿੰਦੇ ਉਹ ਮਾਲਵੇ ਤੋਂ ਲਿਆਂਦੀ ਹੈ ਪਹਿਲਾਂ। ਅੱਛਾ ਠੀਕ ਹੈ ਜੀ, ਹਾਂਜੀ ਮਾਲਵੇ ਤੋਂ ਲੈ ਕੇ ਆਂਦੇ ਹੈ ਜੀ, ਹਾਂਜੀ ਉਹਨਾਂ ਨੇ ਮਾਲਵੇ ਤੋਂ ਲਿਆਂਦੀ ਹੋਈ ਨਿਕਲ ਆਂਦੇ। ਹਾਂਜੀ ਹਾਂਜੀ ਹਾਂਜੀ, ਮੂੰਹ ਦੀ ਵੀ ਛੇਦ ਆਂਦਾ ਦੁੱਧ, 13-14 ਕਿਲੋ ਗਾਰੰਟੀ ਹੁੰਦੀ ਹੈ। ਲੈ ਜੂ ਇਹਦੇ 5-4 ਦਿਨ? ਬਿਲਕੁਲ ਲੈ ਜੂ, ਹੈ ਨਾ ਜੀ, ਬਿਲਕੁਲ। ਤੇ ਵੀਰ ਜੀ ਕੀਮਤ ਦੀ ਸਹੀ? ਬਿਲਕੁਲ ਜੀ ਸਹੀ, ਕੀਮਤ ਮੁੱਲ ਦਾ 80,000 ਰੁਪਇਆ, 75,000 ਦੀ 75 ਦੇਣੀ ਆ। ਤੇ ਵੇਖੋ ਜੀ 75,000 ਦੇਣੀ ਆ, ਬਾਕੀ ਤੁਹਾਡਾ ਮੌਕੇ ਕੋਈ ਥੋੜਾ ਬਹੁਤ ਮਾਨਦਨ ਹੋਰ ਜ਼ਰੂਰ ਕਰਨਗੇ ਜੀ, ਠੀਕ ਹੈ। ਝੋਟੀਆਂ ਕੋਈ ਭਾਈ ਮਾਲਵੇ ਤੋਂ ਕਹਿੰਦੇ ਕੋਈ ਕਹਿੰਦੇ 1-5 ਲੱਖ ਲੋਕੀ ਮੰਗ ਰਿਹਾ ਉਹਦੇ ਝੋਟੀਆਂ ਦਾ, ਮੰਗ ਲੈਂਦੇ ਮੰਗ, ਸਹੀ ਗੱਲ ਹੈ ਭਾਜੀ, ਸਹੀ ਗੱਲ, ਬਿਲਕੁਲ ਜੀ ਬਿਲਕੁਲ। ਇਹਦੇ ਬਾਰੇ ਦੱਸੋ ਜੀ, ਇਹ ਵੀ ਦੂਜੇ ਸੂਏ ਸੂਈ ਝੋਟੀ? ਅੱਛਾ ਜੀ, ਗੱਬਣ ਹੈ ਜੀ ਕਿ ਸੂਈ ਆ? ਸੂਈ ਸੂਈ ਹੈ ਜੀ, ਠੀਕ ਹੈ ਜੀ। ਦੁੱਧ ਐਸ ਐਮ ਐਸ ਲਈ 9 ਲੀਟਰ ਬੋਲਾ ਜੀ, 9 ਲੀਟਰ ਬੋਲਾ ਜੀ। ਇਹਦੇ ਵੇਖੋ ਜੀ ਮੋਹਰਾ ਵਿੱਚ ਝੋਟੀ ਹੈ, ਸਿੰਗਰੀ ਕੁਆਲਿਟੀ ਬਹੁਤ ਸੋਹਣੀ ਆ, ਵਿੱਚ ਕੋਕੇ ਜੜੇ ਪਏ ਆ। ਆਹ ਦੇਖੋ, ਆਹ ਦੇਖੋ ਜੀ, ਸਿੰਗਰ ਕੋਕੇ ਜੜੇ ਪਏ ਜੀ, ਆਹ ਦੇਖੋ, ਆਹ ਦੇਖੋ ਜੀ। ਤੇ ਚਵਾਈ ਜੀ ਭਾਜੀ ਕਿਵੇਂ ਜੀ? ਬਿਲਕੁਲ ਜੀ, ਹਾਂਜੀ ਹਾਂ ਬਿਲਕੁਲ ਜੀ ਬਿਲਕੁਲ। ਆਹ ਦੇਖੋ ਜੀ, ਆਹ ਦੇਖੋ, ਬਸ ਲੈ ਚਲੋ ਵੀਰ ਜੀ, ਲੈ ਜੀ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ। ਪੂਰਾ ਹੈਗੀ ਹੈ ਗਾਰੰਟੀ, 13 ਕਿਲੋ ਦੀ ਗਾਰੰਟੀ ਦੇਵਾਂਗੇ। ਵਧੀਆ ਦੇਖੋ ਜੀ, ਮੈਂ ਤਾਂ ਲੇਵਾ ਦੇਖਿਆ ਜੀ, ਬਹੁਤ ਸੋਹਣੀ ਮੱਝ ਆ ਜੀ, ਅਤੇ ਲੇਵਾ ਬਹੁਤ ਸੋਹਣਾ ਵਾ। ਆਹ ਦੇਖੋ, ਆਹ ਦੇਖੋ, ਬਸ ਲਿਆਓ ਭਾਜੀ ਲਿਆਓ ਲਿਆਓ।
ਭਾਜੀ ਫਿਰ ਕੀਮਤ ਜੀ ਇਹਦੀ? ਇਹਦਾ ਮੁੱਲ ਭਾਜੀ 65000 ਰੁਪਏ 65000 ਮੁੱਲ ਹੈ ਜੀ। ਹਾਂਜੀ ਠੀਕ ਹੈ ਜੀ। 60000 ਦੇ ਹੋਗੇ। ਹਾਂਜੀ ਠੀਕ ਹੈ ਜੀ। ਆ ਬੱਚਾ ਆ ਗਿਆ ਬਿਲਕੁਲ ਕੱਟੀ ਮਗਰ ਆ ਦੇਖੋ ਜੀ, ਕੱਟੀ ਬਹੁਤ ਸੋਹਣੀ ਆਈ ਹੈ ਪਰ ਥੋੜੀ ਕ੍ਰੋਸ ਆ ਗਈ। ਠੀਕ ਹੈ ਜੀ, ਇਹਦੇ ਬਾਰੇ ਦੱਸੋ ਭਾਜੀ। ਇਹ ਭਾਜੀ ਹੋਰ ਬੱਚਾ ਹੈ ਨਾ ਜਿੱਦੀ ਦਾ ਜੀ, ਪੱਛੋਂ ਹੀ ਤੋਰੀ ਜੀ। ਠੀਕ ਆ, ਮੁੱਲ ਟੋ ਗਿਆ ਨਾ ਜੇ ਬੱਚਾ ਉਧਰ ਆ ਜਾਂਦਾ ਤੇ ਵਧੀਆ ਬਣ ਜਾਣਾ ਜੀ। ਕੱਟੀ ਹੈ ਜੀ? ਕੱਟਾ ਕੱਟਾ ਜੀ। ਠੀਕ, ਤੇ ਇਹ ਦੱਸੋ ਜੀ ਇਹਦਾ ਬੱਚਾ ਉਹ ਆ ਗਿਆ ਤੇ ਦੁੱਧ ਤਿਆਰ ਕਿੰਨਾ ਜੀ? 8-9 ਲੀਟਰ ਦੁੱਧ ਤਿਆਰ ਹੈ ਜੀ। ਬੋਲਾ ਜੀ ਬੋਲਾ ਜੀ। ਤੇ ਸੂਆ ਵੀਰ ਜੀ, ਸੂਆ ਤੀਜਾ ਸੂਆ ਜੀ। ਆ ਦੇਖੋ, ਆ ਦੇਖੋ ਜੀ, ਲੈ ਚਲੇ ਜੀ ਲੈ ਚਲੇ। ਤੇ ਵੀਰ ਜੀ ਫਿਰ ਇਹਦੀ ਕੀਮਤ ਕਿੰਨਾ ਜੀ? 56000 ਰੁਪਇਆ ਤੇ 8 ਕਿਲੋ ਬੋਲਾ, 10 ਕਿਲੋ ਕਰਜੂ ਜੀ। 52000 ਦੇ ਹੋਗੇ, 52000 ਵਿੱਚ ਹੋਰ ਮਾਨਦਾਨ ਕਰ ਦੋਗੇ? ਕਰ ਦੋਗੇ? ਦੇਖੋ ਜੀ ਬਹੁਤ ਸਹੀ ਰੇਟ ਵੀਰ ਹੋਣਾ ਦਾ ਜੀ। ਠੀਕ ਹੈ, ਮੈਂ ਤੈਨੂੰ ਪਹਿਲਾਂ ਕਹਿ ਚੁੱਕਿਆ ਜੀ, ਇੱਧਰ ਆਓ ਜੀ। ਸੂਈ ਹੈ ਜੀ। ਠੀਕ ਹੈ ਜੀ। ਹਾਂਜੀ ਹਾਂ ਬਿਲਕੁਲ ਜੀ। ਆਹ ਦੇਖੋ, ਆਹ ਦੇਖੋ ਜੀ, ਥਾਲੇ ਵਜਦਾ ਬਹੁਤ ਸੋਹਣਾ ਜੀ। ਆਹ ਦੇਖੋ, ਲਿਆਓ ਜੀ ਲਿਆਓ ਲਿਆ। ਰੋਕ ਲੈਂਦੇ ਆ ਦੇਖੋ ਜੀ, ਤੇ ਵੀਰ ਜੀ ਫਿਰ ਇਹਦੀ ਕੀਮਤ ਜੀ? ਇਹਦਾ ਮੁੱਲ 65000 ਰੁਪਇਆ, 60000 ਦੋ ਹੋਗੇ, ਮਾਨਤਨ ਹੋਰ ਕਰਨਗੇ 60000 ਵਿੱਚੋਂ ਜੀ। ਤੇ ਇਹਦੇ ਬਾਰੇ ਦੱਸੋ ਜੀ, ਗੱਬਣ ਆ ਜੀ। ਠੀਕ ਹੈ ਜੀ, ਤਿਆਰ ਹੀ ਆ। ਤੇ ਸੂਆ ਜੀ, ਦੂਜਾ ਸੂਆ ਜੀ, ਆ ਦੇਖੋ, ਦੰਦਾਂ ਵਿੱਚ ਹੀ ਜੀ, 6 ਦੰਦ ਜੀ। ਇਹ ਵੀ 6 ਦੰਦ, ਉਹ ਵੀ ਪਹਿਲੀ ਵੀ 6 ਦੰਦ ਜੀ, ਦੋਵੇਂ ਦੋ ਆ 6 ਦੰਦ ਤੇ ਸੋਹਣੀ ਝੋਟੀਆਂ ਦੋਵੇਂ। ਆ ਦੇਖੋ ਜੀ, ਆ ਦੇਖੋ ਜੀ, ਵੀਰ ਜੀ ਫਿਰ ਇਹਦੀ ਕੀਮਤ? 73000 ਰੁਪਇਆ ਹੈ ਜੀ। ਕਿੰਨੇ ਜੀ? 70000 ਦੇ ਦਿਓ ਜੀ। ਠੀਕ ਹੈ ਜੀ। ਆਹ ਦੇਖੋ ਜੀ, ਆਹ ਬੱਚੇ ਆ ਚੁੱਕੇ ਇਹਨਾਂ ਦੇ, ਇਹਦੇ ਬਾਰੇ ਦੱਸੋ ਜੀ ਸੂਈ ਨੂੰ। ਠੀਕ ਹੈ ਜੀ, 8 ਲੀਟਰ ਬੋਲਾ ਹੋਇਆ ਜੀ। ਆਹ ਦੇਖੋ, ਚਵਾਈ ਜੋ ਠੀਕ ਹੈ ਜੀ ਬਿਲਕੁਲ। ਆਹ ਦੇਖੋ ਜੀ, ਕੋਈ ਗੱਲ ਨਹੀਂ ਜੀ। ਆਹ ਦੇਖੋ, ਆਹ ਦੇਖੋ ਜੀ, ਲਿਆਓ ਜੀ। ਤੇ ਬਾਜੀ ਫਿਰ ਕੀਮਤ ਜੀ ਇਹਦੀ? 60000 ਰੁਪਇਆ ਜੀ, ਬੰਦ ਉੱਥੇ ਤੇ ਦੋ 56000 ਦੋ ਹੋ ਗਏ, ਦੋ ਆ ਵਾ ਜੀ। ਆ ਜਾਓ, ਇਹ ਗੱਬਣਾ ਸੂਈਆਂ ਜੀ, ਇਹ ਦੋਵੇਂ ਗੱਬਣਾ ਜੀ। ਤਿਆਰ ਕਿੰਨਾ ਸੂਆ ਜੀ? ਪਹਿਲਾਂ ਝੋਟੀ ਹੈ ਜੀ, ਸੋਹਣੀ ਝੋਟੀ ਜੀ। ਆ ਦੇਖੋ, ਤੇ ਕਿੰਨੇ ਟਾਈਮ ਲੈ ਜਾਣਗੇ ਬਾਈ ਜੀ? 5-7 ਦਿਨ ਲੈ ਜਾਣੇ ਹੈ ਜੀ।
ਲੈ ਚਲੋ ਜੀ ਦਾਦੀ ਬਾਠੀ ਬੰਦ ਇੱਥੇ ਬੰਦ ਜੀ ਤੇ ਬਾਜੀ ਫਿਰ ਕੀਮਤ ਜੀ ਇਹਦੀ बिलकुल जी बिलकुल टाइम किन्ने ले जाणगे जी दो चार दिन लैणगे जी देखो बंद हो भाजी बंद इत बंद ते भाजी कीमत जी फिर इंदी किन्नी जी पचवंजा हजार देनी है जी भी ठीक है जी आ देखो बहुत सोहना रेट वीर होना दा ते बाकी मौके थोड़ा होर मानतन करने के भीर जी आही पशु है जी बस ते आ पशु वीर होना कोल जी ते भी जी फिर भी इत्थे आओ आपदी दो टाइम जरूर चवाई करो ते पास करवा दी जिन्हें थोड़े तसली ने पशु ना खरीदो ठीक है ना जी ते आही बस मेरा वीर जी थोड़ा एक सवाल आ जाओ वीर जी आ जाओ एक सवाल है जी अज पूरी तसली लेके जाओ ठीक है कि नहीं भाई जी नंबर भी जी फिर बोल दो यही नंबर व्हाट्सएप चलता चलो जिस तरह भी गल कई ना पुछदे एड्रेस हां जी कई गुरदासपुर चले जांदे गुरदासपुर दा एड्रेस आंदे हां जी गुरदासपुर ਤੁਹਾਡੇ ਤੋਂ 40 45 ਕਿਲੋਮੀਟਰ ਤੋਂ ਦੂਰ ਆ ਠੀਕ ਹੈ ਜੀ ਆਪਣਾ ਬਟਾਲਾ ਸ਼ਹਿਰ ਹੈਗਾ ਨਾ ਬਟਾਲਾ ਸ਼ਹਿਰ ਤੋਂ ਆਪਣਾ ਡੇਰਾ ਬਾਬਾ ਨਾਨਕ ਰੋਡ ਹੈ ਡੇਰਾ ਬਾਬਾ ਨਾਨਕ ਹਾਂ ਜੀ ਉੱਥੋਂ ਆਪਣਾ ਕੋਈ ਬਟਾਲੇ ਤੋਂ 17-18 ਕਿਲੋਮੀਟਰ ਆਪਣਾ ਇੱਥੇ ਸ਼ਿਕਾਰ ਮਾਸੀ ਅੱਡਾ ਸ਼ਿਕਾਰ ਮਾਸੀ ਠੀਕ ਪਿੰਡ ਦੇ ਇਧਰਲੇ ਬੰਨੇ ਵੀ ਸ਼ੌਣੀ ਆ ਪਿੰਡ ਦੇ ਪਰਲੇ ਬੰਨੇ ਵੀ ਸ਼ੌਣੀ ਆ ਅੱਡਾ ਸੈਂਟਰ 'ਚ ਅੱਡਾ ਸੈਂਟਰ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਜੀ ਵੀਰ ਜੀ ਤੇ ਗਾਂ ਲੜੇ ਤੁਸੀਂ ਪ੍ਰੋਗਰਾਮ ਬਣਾਇਆ ਸੀ ਉਹ ਕਿਹੜਾ ਬਾਰਡਰ ਦਾ ਉਹ ਜ਼ਰੂਰ ਦਿਖਾਵਾਂਗੇ ਜੀ ਖੜਾਂਗੇ ਪਾਕਿਸਤਾਨ ਦੀ ਹੱਥ ਤਲ ਪੂਰੀ ਨਾਲ ਹਾਂ ਤੇ ਮੈਨੂੰ ਵੀ ਫੋਨ ਆਇਆ ਸੀ ਵੀਰਾਂ ਦੇ ਕਿ ਸਾਨੂੰ ਜ਼ਰੂਰ ਦਿਖਾਇਆ ਜੀ ਆਪਾਂ ਜ਼ਰੂਰ ਦੇਖਾਂਗੇ ਸਾਹਿਬ ਗੁਰਦਾਰਾ ਤੇ ਮੜਾ ਸਾਰੀ ਐਂਟਰੀ ਕਰਦੇ ਜਿੱਦਾਂ ਬੁਲਾਣਾ ਸਹੀ ਟਾਈਮ ਤੇ ਬੁਲਾਇਆ ਜੀ ਸਵੇਰ ਦੇ ਕੋ ਟਾਈਮ ਹੈ ਜੀ ਆਪਾਂ ਹੁਣ ਜਿਹੜਾ ਅਗਲੀ ਵੀਡੀਓ ਬਣਾਵਾਂਗੇ ਹਾਂਜੀ ਹਾਂ ਟਾਈਮ ਨਾ ਆਵੇ ਫਿਰ ਆਪਾਂ ਤੁਹਾਨੂੰ ਸਾਰਾ ਕੁਝ ਵਿਖਾ ਕੇ ਲਿਆਵਾਂਗੇ ਪਾਕਿਸਤਾਨੀ ਹੱਥ ਦੇ ਬਿਲਕੁਲ ਨਾਲ ਹੀ ਹੈ ਬਿਲਕੁਲ ਜੀ ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ